ਲੱਗੀਆਂ ਨੇ ਨਾ, ਉਹਨਾਂ ਨੂੰ ਸ਼ਰਮ ਹੀ ਨਹੀਂ ਰਹਿ ਗਈ ਕਿਸੇ 'ਚ। ਤੁਹਾਡੇ ਡੰਡਾ ਮਾਰਿਆ, ਇੱਕ ਪੈਰ 'ਤੇ ਵੱਜੀ ਜੀ, ਇੱਕ ਆ ਬਾਂਹ 'ਤੇ ਲਾਠੀ ਮਾਰੀ। ਬਜ਼ੁਰਗ ਆਦਮੀ ਆ, ਇਹ ਇਹਨਾਂ ਲਈ ਠੀਕ ਨਹੀਂ ਹੈਗਾ ਇਹ ਕੰਮ। ਇਹ ਹੰਗਾਮੇ ਦੀਆਂ ਤਸਵੀਰਾਂ ਜੋ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ, ਇਹ ਚੰਡੀਗੜ੍ਹ ਦੀਆਂ ਨੇ। ਬਲਾਕ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ ਸੰਗਰੂਰ ਤੋਂ ਖੜੇ ਹੋਏ ਅਪਾਹਿਜ ਉਮੀਦਵਾਰ ਨਾਲ ਹੋਈ ਧੱਕਾ ਮੁੱਕੀ ਨੂੰ ਲੈ ਕੇ ਇਨਸਾਫ਼ ਦਿਵਾਉਣ ਗਈ ਆਮ ਆਦਮੀ ਪਾਰਟੀ ਨਾਲ ਇੱਕ ਵਾਰ ਫਿਰ ਤੋਂ ਧੱਕਾ ਮੁੱਕੀ ਹੋ ਗਈ, ਜੋ ਕਿ ਪਾਰਟੀ ਲੀਡਰਾਂ ਦੇ ਜ਼ਿਹਨ ਵਿੱਚ ਵੀ ਨਹੀਂ ਸੀ। ਇੱਕ ਵਾਰ ਤੁਹਾਨੂੰ ਫਿਰ ਦਿਖਾ ਦਿੰਦੇ ਹਾਂ ਕਿ ਆਪ ਪਾਰਟੀ ਨਾਲ ਕਿਸ ਹੱਦ ਤੱਕ ਇਹ ਧੱਕਾ ਮੁੱਕੀ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਆਪ ਪਾਰਟੀ ਦੇ ਸੈਂਕੜਾ ਸਮਰਥਕ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਤੇ ਪਾਰਟੀ ਦੇ ਵਿਧਾਇਕਾਂ ਦੁਆਰਾ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਚੰਡੀਗੜ੍ਹ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਾ ਸੀ, ਪਰ ਘਿਰਾਓ ਕਰਨ ਤੋਂ ਪਹਿਲਾਂ ਹੀ ਇਹਨਾਂ ਦੀ ਚੰਡੀਗੜ੍ਹ ਪੁਲਿਸ ਵੱਲੋਂ ਬੈਰੀਕੇਡ ਲਗਾ ਕੇ ਘੇਰਾਬੰਦੀ ਕੀਤੀ ਗਈ, ਜਿਸ ਨਾਲ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਕਿ ਪੁਲਿਸ ਵੱਲੋਂ ਪਾਣੀ ਦੀਆਂ ਬੁਛਾਰਾਂ ਸ਼ੁਰੂ ਕਰ ਦਿੱਤੀਆਂ ਗਈਆਂ। ਉਹਦੇ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕੀ ਕਿਹਾ, ਉਹ ਤੁਹਾਨੂੰ ਸੁਣਾ ਦਿੰਦੇ ਹਾਂ। ਸ਼ਾਂਤਮਈ ਧਰਨਾ ਦੇਣ ਆਏ ਸੀਗੇ, ਜੋ ਬਲਾਕ ਸਮਿਤੀ ਪੰਚਾਇਤ ਸਮਿਤੀ 'ਚ ਕਾਂਗਰਸ ਪਾਰਟੀ ਨੇ ਧੱਕੇਸ਼ਾਹੀ ਕੀਤੀ ਸੀ, ਗੁੰਡਾਗਰਦੀ ਕੀਤੀ ਸੀ, ਗੋਲੀਆਂ ਚਲਾਈਆਂ ਸੀਆਂ। ਇਸ ਤੋਂ ਬਿਨਾਂ ਸਾਡੀਆਂ ਦੋ ਭੈਣਾਂ ਪੰਜਾਬ ਵਿੱਚ, ਇੱਕ ਪੁਲਿਸ ਅਫਸਰ ਨੇ ਮੈਨੂੰ ਪਰੇਸ਼ਾਨ ਕੀਤਾ ਹੋਇਆ, ਦੂਸਰੀ ਨੂੰ ਸਾਡੀ ਭੈਣ ਨੂੰ ਗੱਡੀ ਉੱਪਰ ਬਿਠਾ ਕੇ ਘੁਮਾਇਆ ਗਿਆ ਸੀ। ਉਹ ਵਿਅਕਤੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਧਰਨਾ ਸੀਗਾ, ਪਰ ਲੇਕਿਨ ਪੁਲਿਸ ਨੇ ਅੱਜ ਆਪਣਾ ਸਾਡੇ 'ਤੇ ਲਾਠੀਚਾਰਜ ਕੀਤਾ, ਤੁਹਾਡੇ ਸਾਹਮਣੇ ਹੋਇਆ। ਧਰਨਾ ਜਾਰੀ ਹੈ ਸਾਡਾ ਇਹ ਲਗਾਤਾਰ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਅਤੇ ਜ਼ਖਮੀ ਵਰਕਰ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ, ਜਰਾ ਉਹ ਵੀ ਸੁਣਦੇ ਆ। ਮੇਰਾ ਹਾਲ ਦੇਖ ਸਕਦੇ ਹੋ, ਅਸੀਂ ਕਿਹੜਾ ਕੋਈ ਪ੍ਰੋਟੈਸਟ ਕਰ ਰਹੇ ਸੀ, ਤੁਸੀਂ ਇੱਥੇ ਖੁਦ ਮੀਡੀਆ ਖੜਾ ਸਾਰਾ, ਮੈਨੂੰ ਇੱਕ ਵੀ ਦੱਸ ਦਵੇ ਮੈਂ ਕੋਈ ਧੱਕਾ ਮੁੱਕੀ ਕੀਤੀ ਜਾਂ ਕੁਛ। ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿ ਰਹੇ ਹਾਂ ਵੀ ਸਾਨੂੰ ਇੱਕ ਵਾਰੀ ਕੈਪਟਨ ਸਾਹਿਬ ਦੇ ਘਰ ਤੱਕ ਪਹੁੰਚਣ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਜਿਹੜੀ ਗੁੰਡਾਗਰਦੀ ਤੁਸੀਂ ਬਾਰ ਬਾਰ ਚੋਣਾਂ 'ਚ ਕਰ ਰਹੇ ਹੋ, ਪਹਿਲਾਂ MC ਇਲੈਕਸ਼ਨ 'ਚ ਕੀਤੀ, ਹੁਣ ਬਲਾਕ ਸਮਤੀਆਂ 'ਚ ਕੀਤੀ, ਇਹੀ ਤੁਸੀਂ ਫਿਰ ਪੰਚਾਇਤੀ ਸਮਤੀਆਂ 'ਚ ਕਰਨੀ ਹੈ ਚੋਣਾਂ 'ਚ। ਜੇ ਤੁਸੀਂ ਇੰਨੀ ਜ਼ਰੂਰਤ ਰੱਖਦੇ ਹੋ ਤਾਂ ਤੁਸੀਂ ਨੋਮੀਨੇਸ਼ਨ ਕਰ ਲਓ। ਬਾਰ ਬਾਰ ਦੀ ਧੱਕੇਸ਼ਾਹੀ ਨਾਲ ਲੋਕਾਂ ਦੇ ਨਾਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਅਤੇ ਸਾਡੀਆਂ ਔਰਤਾਂ 'ਤੇ ਜਿਹੜਾ ਅੱਤਿਆਚਾਰ ਇਹਨਾਂ ਦੇ ਖੁਦ ਦੇ ਚੁਣੇ ਹੋਏ ਨੁਮਾਇੰਦੇ ਅਤੇ ਪੁਲਿਸ ਅਫਸਰ ਕਰ ਰਹੇ ਆ, ਅਸੀਂ ਉਹਦਾ ਪੁਰਜ਼ੋਰ ਵਿਰੋਧ ਕਰਦੇ ਹਾਂ। ਕਿ ਮੈਨੂੰ ਇੱਕ ਵੀ ਸਾਡੀ ਲੇਡੀ ਦਾ ਦੱਸਿਆ ਜਾਵੇ ਅੱਜ ਦੇ ਧਰਨੇ ਦੇ ਵਿੱਚ, ਸਾਰੇ ਪੁਲਿਸ ਪ੍ਰਸ਼ਾਸਨ ਨੂੰ ਬੁਲਾ ਲਓ ਜਿਹਨੇ ਕੋਈ ਧੱਕਾ ਵੀ ਕੀਤਾ ਹੋਵੇ, ਸਾਈਡਾਂ 'ਤੇ ਖੜੀਆਂ ਨੇ ਸਾਨੂੰ ਆਹ ਹੱਲ ਕਰਕੇ ਧਰਤਾ, ਸਾਡੇ ਬੁਰੀ ਤਰ੍ਹਾਂ ਇਹਨਾਂ ਨੂੰ ਸ਼ਰਮ ਹੀ ਨਹੀਂ ਰਹਿ ਗਈ ਕਿਸੇ ਚੀਜ਼ ਦੀ। ਉਹਨਾਂ ਨੇ ਡੰਡਾ ਮਾਰਿਆ, ਇੱਕ ਪੈਰ 'ਤੇ ਵੱਜੀ ਜੀ, ਇੱਕ ਆ ਬਾਂਹ 'ਤੇ ਲਾਠੀ ਮਾਰੀ ਆ ਜੀ ਉਹਨਾਂ ਨੇ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਆਪਣੇ ਨਾਲ ਹੋਈ ਇਸ ਧੱਕੇ ਮੁੱਕੀ ਤੋਂ ਕਾਫੀ ਨਾਰਾਜ਼ ਹੈ, ਕਿਉਂਕਿ ਇਹ ਆਪ ਪਾਰਟੀ ਨਾਲ ਪਹਿਲੀ ਵਾਰ ਨਹੀਂ ਹੋਇਆ। ਹੁਣ ਤੇ ਉਹ ਇਨਸਾਫ ਦੀ ਮੰਗ ਨੂੰ ਲੈ ਕੇ ਹੀ ਚੰਡੀਗੜ੍ਹ ਪਹੁੰਚੇ ਸੀ, ਪਰ ਪੁਲਿਸ ਦੀ ਕੀਤੀ ਇਸ ਬਸ ਲੁਕੀ ਤੋਂ ਬਾਅਦ ਆਪ ਪਾਰਟੀ 'ਚ ਗੁੱਸੇ ਦੀ ਲਹਿਰ ਦੌੜ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਆਪ ਪਾਰਟੀ ਕੀ ਫੈਸਲਾ ਲੈਂਦੀ ਹੈ। ਚੰਡੀਗੜ੍ਹ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ।